ਸੰਸਦ ਦੀ ਟਿਕਟ ਕੱਟ ਲਈ ਅਤੇ ਢਿੱਲ ਸਾਹਿਬ ਉਹਨੇ ਜ਼ਹਿਰ ਖਾ ਲਈ ਜੀ ਅਤੇ ਕਹਿੰਦੇ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਦੋਂ ਟਿਕਟਾਂ ਦਿੱਤੀਆਂ ਜਾਂਦੀਆਂ ਪਾਰਟੀਆਂ ਪੁਰਾਣੀ ਕਾਰਗੁਜ਼ਾਰੀ ਵੀ ਦੇਖਦੀਆਂ ਨੇ, ਜੇ ਤਾਂ ਸਿਆਸੀ ਤੌਰ 'ਤੇ ਕੱਟੀ ਗਈ ਹੈ ਤਾਂ ਵੱਖਰੀ ਗੱਲ ਹੈ, ਜੇ ਇਹਦੀ ਕਾਰਗੁਜ਼ਾਰੀ ਦੇਖੀ ਗਈ ਹੈ, ਇਹਦੀ ਕਾਰਗੁਜ਼ਾਰੀ ਸਹੀ ਨਹੀਂ ਸੀ। ਇਹ ਕੋਈ ਜਨਮ ਅਧਿਕਾਰ ਨਹੀਂ ਹੈ ਬੰਦੇ ਦਾ ਕਿ ਉਸੇ ਨੂੰ ਟਿਕਟ ਹਰ ਵਾਰ ਦਿੱਤੀ ਜਾਵੇ। ਸਾਹਿਬ ਜਿਵੇਂ ਲੋਕ ਸਭਾ ਦੀਆਂ ਚੋਣਾਂ ਨੇੜੇ ਨੇ ਅਤੇ ਦੂਜੇ ਪਾਸੇ ਉਮੀਦ ਰਹਿੰਦੀ ਹੈ ਉਮੀਦਵਾਰਾਂ ਨੂੰ ਵੀ ਉਹਨੂੰ ਟਿਕਟ ਮਿਲੇਗੀ, ਤਾਂ ਇੱਕ ਮਾਮਲਾ ਸਾਹਮਣੇ ਆਇਆ ਕਿ ਸੰਸਦ ਦੀ ਟਿਕਟ ਕੱਟ ਲਈ ਅਤੇ ਢਿੱਲ ਸਾਹਿਬ ਉਹਨੇ ਜ਼ਹਿਰ ਖਾ ਲਈ ਜੀ ਅਤੇ ਕਹਿੰਦੇ ਹਾਲਤ ਗੰਭੀਰ ਦੱਸੀ ਜਾ ਰਹੀ ਉਹਦੀ। ਇਹ ਮਾਮਲਾ ਤਾਮਿਲਨਾਡੂ ਦਾ DMK ਨਾਲ ਸੰਬੰਧਿਤ ਦੱਸਿਆ ਜਾਂਦਾ, ਇਹਦਾ ਨਾਂ ਹੈ ਇਹ ਗਣੇਸ਼ ਮੂਰਤੀ। ਇਹ ਟਿਕਟਾਂ ਜਾਰੀ ਹੋਈਆਂ, ਇਹ ਮੌਜੂਦਾ ਸੰਸਦ ਮੈਂਬਰ ਹੈ, ਇਸ ਵਾਰ DMK ਨੇ ਇਹਦੀ ਟਿਕਟ ਕੱਟਤੀ। ਦੇਖੋ DMK ਇੱਕ ਪਾਰਟੀ ਹੈ, ਜਦੋਂ ਟਿਕਟਾਂ ਦਿੱਤੀਆਂ ਜਾਂਦੀਆਂ ਪਾਰਟੀਆਂ ਪੁਰਾਣੀ ਕਾਰਗੁਜ਼ਾਰੀ ਵੀ ਦੇਖਦੀਆਂ ਨੇ, ਜੇ ਤਾਂ ਸਿਆਸੀ ਤੌਰ 'ਤੇ ਕੱਟੀ ਗਈ ਹੈ ਤਾਂ ਵੱਖਰੀ ਗੱਲ ਹੈ, ਜੇ ਇਹਦੀ ਕਾਰਗੁਜ਼ਾਰੀ ਦੇਖੀ ਗਈ ਹੈ, ਇਹਦੀ ਕਾਰਗੁਜ਼ਾਰੀ ਸਹੀ ਨਹੀਂ ਸੀ। ਇਹਦੀ ਕਾਰਗੁਜ਼ਾਰੀ ਦੇ ਵਿੱਚ ਸੀ ਇਹ ਕੋਈ ਜਨਮ ਅਧਿਕਾਰ ਨਹੀਂ ਹੈ ਬੰਦੇ ਦਾ ਕਿ ਉਸੇ ਨੂੰ ਟਿਕਟ ਹਰ ਵਾਰ ਦਿੱਤੀ ਜਾਵੇ। ਇਹ ਉੱਥੋਂ ਦੀ ਪਾਰਟੀ ਦੇ ਪ੍ਰਧਾਨ ਦਾ, ਉਹਨਾਂ ਦੇ ਹੋਰ ਅਹੁਦੇਦਾਰਾਂ ਦਾ ਕੰਮ ਹੈ। ਸੋ ਕਹਿੰਦੇ ਇਹ ਕੀਟਨਾਸ਼ਕ ਦਵਾਈ ਕਥਿਤ ਰੂਪ ਦੇ ਵਿੱਚ ਪੀ ਗਿਆ, ਇਹਨੂੰ ਹਸਪਤਾਲ ਲਿਜਾਇਆ ਗਿਆ। ਸੋ ਇਸ 'ਤੇ ਇਹ ਵੀ ਕਈ ਵਾਰੀ ਹੁੰਦਾ ਹੈ ਕਿ ਕਈ ਵਾਰੀ ਕਿਤੇ ਦੂਜੇ ਪਾਸੇ ਨੂੰ ਤਾਂ ਨਹੀਂ ਸਿਟੀ ਰਲਾਈ ਵੀ ਸਮਾਂ ਦੱਸੇਗਾ। ਸੋ ਜੇ ਇਹਨੂੰ ਵੀ ਚਾਹੀਦਾ ਸੀ ਇਸ ਤਰ੍ਹਾਂ ਦਾ ਨਾ ਕਰੇ, ਜੇ ਅਟੈਮ ਕੋਈ ਬੰਦਾ ਆਤਮ ਹੱਤਿਆ ਦੀ ਕਰਦਾ ਉਹ ਵੀ ਇੱਕ ਜੁਰਮ ਹੈ, ਉਹਦੇ ਉੱਤੇ ਵੀ ਪਰਚਾ ਦਰਜ ਭਾਰਤੀ ਦੰਡ ਵਿਧਾਨ ਦੀ ਧਾਰਾ ਤਹਿਤ ਹੋ ਸਕਦਾ ਜੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।